ਹੈਲੋ ਦੋਸਤੋ ਸਤ ਸ੍ਰੀ ਅਕਾਲ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਸੋ ਦੋਸਤੋ ਵੈਲਕਮ ਟੂ ਮਾਈ YouTube ਚੈਨਲ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਜੇਲ ਬਾਰਡਰ ਦਾ ਜਿਹੜਾ ਫਿਜ਼ੀਕਲ ਬੱਚਿਆਂ ਦਾ ਹੋ ਚੁੱਕਿਆ ਤੁਹਾਨੂੰ ਪਤਾ ਹੀ ਹੈ ਕਿ 9 ਤੋਂ ਸ਼ੁਰੂ ਹੋਇਆ ਸੀ 14 ਤੱਕ ਜਿਹੜੀ ਇਹਨੇ ਫਿਜ਼ੀਕਲ ਬੱਚਿਆਂ ਨੇ ਕਲੀਅਰ ਕਰ ਦਿੱਤਾ ਠੀਕ ਆ ਤੇ ਉਸ ਤੋਂ ਬਾਅਦ ਚ ਮੈਨੂੰ ਬੜੇ ਕਮੈਂਟ ਆ ਰਹੇ ਸੀਗੇ ਬੱਚਿਆਂ ਦੇ ਕਿ ਸਰ ਇਸ ਤੋਂ ਬਾਅਦ ਦੀ ਪ੍ਰੋਸੈਸ ਕੀ ਆ ਸੋ ਦੋਸਤੋ ਤੁਹਾਨੂੰ ਸਭ ਨੂੰ ਪਤਾ ਹੀ ਹੋਣਾ ਕਈ ਬੱਚਨ ਨਹੀਂ ਪਤਾ ਹੋਣਾ ਕਿ ਇਸ ਤੋਂ ਬਾਅਦ ਦੀ ਜਿਹੜੀ ਪ੍ਰੋਸੈਸ ਆ ਉਹ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਦੀ ਆ ਤੇ ਉਸ ਤੋਂ ਬਾਅਦ ਚ ਬੱਚਿਆਂ ਦੇ ਹੋਰ ਮੈਨੂੰ ਕਮੈਂਟ ਆ ਰਹੇ ਸੀਗੇ ਪੁੱਛਦੇ ਨੇ ਬੱਚੇ ਕਿ ਸਰ ਜਿਹੜੀ ਜਿਹੜਾ ਇਹਦੇ ਵਿੱਚ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਹੈ ਉਹਦੇ ਵਿੱਚ ਸਰਟੀਫਿਕੇਟ ਕਿਹੜੇ ਕਿਹੜੇ ਦੀ ਲੋਡ ਪਾਉਗੀ ਠੀਕ ਹੈ ਇੱਕ ਤਾਂ ਇਹ ਦੱਸਾਂਗੇ ਇਹਦੇ ਵਿੱਚ ਤੁਹਾਨੂੰ ਵੀਡੀਓ ਦੇ ਵਿੱਚ ਤੇ ਦੂਜਾ ਬੱਚੇ ਪੁੱਛ ਰਹੇ ਨੇ ਕਿ ਸਰ ਕੱਟਆਫ ਹੁਣ ਕਿਵੇਂ ਬਣੂਗੀ ਇਹਦੇ ਵਿੱਚ ਵੀ ਕਿਹੜੀ ਕੱਟਆਫ ਬਣੂਗੀ ਫਿਜ਼ੀਕਲ ਦੇ ਨੰਬਰ ਲੱਗਣਗੇ ਜਾਂ ਕਿਵੇਂ ਸੋ ਦੋਸਤੋ ਜਿਹੜੀਆਂ ਤੁਹਾਡੀਆਂ ਸਾਰੀਆਂ ਨਹੀਂ ਆ ਪ੍ਰੋਬਲਮ ਨੇ ਸਾਰਿਆਂ ਦੇ ਸਵਾਲ ਨੇ ਇਸ ਵੀਡੀਓ ਵਿੱਚ ਸਾਰਿਆਂ ਦੇ ਸਵਾਲਾਂ ਦੇ ਜਵਾਬ ਆਪਾਂ ਦਵਾਂਗੇ ਤੁਹਾਨੂੰ ਵੀਡੀਓ ਨੂੰ ਬਸ ਐਂਡ ਤੱਕ ਦੇਖਿਓ ਐਨਾ ਕੰਮ ਕਰ ਦਿਓ ਇੱਕ ਵੀਡੀਓ ਨੂੰ ਲਾਈਕ ਕਰ ਦਿਓ ਲਾਈਕ ਸ਼ੇਅਰ ਤੇ ਕਮੈਂਟ ਕਰਦਿਆ ਕਰੋ ਬੱਸ ਆ ਤਿੰਨੇ ਕੰਮ ਕਰਦਿਆ ਕਰੋ ਤੁਹਾਡੇ ਸਾਹਮਣੇ ਆਪਣੀ ਹਰ ਇੱਕ ਵੀਡੀਓ ਹਾਜ਼ਰ ਹੈ ਠੀਕ ਹੈ ਬਸ ਕਮੈਂਟ ਕਰਕੇ ਦੱਸਦਿਆ ਕਰੋ ਤੇ ਨਾਲ ਨੀਚੇ ਇੰਸਟਾ ਦੀ ਆਈਡੀ ਦਿੱਤੀ ਹੁੰਦੀ ਆ ਮੈਂ ਉਹ ਇੰਸਟਾ ਦੀ ਆਈਡੀ ਤੇ ਮੈਨੂੰ ਮੈਸੇਜ ਕਰਦਿਆ ਕਰੋ ਜੋ ਤੁਹਾਨੂੰ ਕੋਈ ਦਿੱਕਤ ਵਗੈਰਾ ਹੁੰਦੀ ਆ ਠੀਕ ਆ ਤੁਹਾਡੀ ਹਰ ਆਪਾਂ ਪ੍ਰੋਬਲਮ ਦਾ ਸੋਲੂਸ਼ਨ ਕਰਾਂਗੇ ਆਪਾਂ ਇੱਥੇ ਸੋ ਹੁਣ ਆਪਾਂ ਜਾਦਾ ਸਮਾਂ ਨਹੀਂ ਲੈਂਦੇ ਸ਼ੁਰੂ ਕਰਦੇ ਆਪਾਂ ਠੀਕ ਐ ਸਭ ਤੋਂ ਪਹਿਲਾਂ ਤਾਂ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ 40% ਵਾਲੇ ਦਾ ਫਿਜ਼ੀਕਲ ਹੋਇਆ ਸੀਗਾ ਠੀਕ ਐ ਇਹਨਾਂ ਦਾ ਸਾਫ ਸਾਫ ਲਿਖਿਆ ਹੈ ਸੀਗਾ ਵੀ ਜਿਹਦੇ ਪ੍ਰੀਖਿਆ ਦੇ ਵਿੱਚੋਂ 40% ਆਉਣਗੇ ਉਹਨੂੰ ਪਾਸ ਮੰਨਿਆ ਜਾਊਗਾ ਉਹ ਤੋਂ ਥੱਲੇ ਵਾਲੇ ਸਾਰੇ ਮਤਲਬ ਐ ਸਮਝੋ ਵੀ ਪਾਸ ਨਹੀਂ ਹੈਗੇ ਠੀਕ ਐ ਫੇਲ ਸਮਝੋ ਅਯੋਗ ਨੇ ਉਹ ਠੀਕ ਐ 40% ਵਾਲੇ ਦੀ ਮੈਰਿਟ ਲਿਸਟ ਬਣੀ ਸੀਗੀ ਉਹਦੇ ਵਿੱਚੋਂ ਕੱਟ ਆਫ ਦੇ ਆਧਾਰ ਤੇ ਜਿਹੜੇ ਬੱਚੇ ਸਿਲੈਕਟ ਕੀਤੇ ਗਏ ਠੀਕ ਹੈ ਜੀ ਤੇ ਹੁਣ ਉਸ ਤੋਂ ਬਾਅਦ ਚ ਦੋਸਤੋ ਜਿਹੜੀ ਆਪਣਾ ਅੱਗੇ ਵੈਰੀਫਿਕੇਸ਼ਨ ਹੋਣੀ ਹੈ ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆਂ ਵੀ ਇਹਦੇ ਵਿੱਚ ਡਾਕੂਮੈਂਟ ਕਿਹੜੇ-ਕਿਹੜੇ ਚਾਹੀਦੇ ਨੇ ਠੀਕ ਹੈ ਜੀ ਡਾਕੂਮੈਂਟ ਸਭ ਤੋਂ ਪਹਿਲਾਂ ਦੋਸਤੋ ਤੁਹਾਡਾ 10ਵਾਂ ਦਾ ਸਰਟੀਫਿਕੇਟ ਤੁਹਾਡਾ 12ਵਾਂ ਦਾ ਸਰਟੀਫਿਕੇਟ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਨੇ ਠੀਕ ਹੈ ਬਸ ਇਹ ਇੱਕ ਚੀਜ਼ ਦਾ ਧਿਆਨ ਰੱਖੋ ਤੁਹਾਡਾ ਨਾਮ ਸੇਮ ਹੋਵੇ ਜਿਵੇਂ ਹੁਣ ਕਈ ਬੱਚਿਆਂ ਦੇ ਨਾਮ ਆ ਲੱਗ ਦੋ ਮੰਨ ਕੇ ਚੱਲੋ ਕਿਸੇ ਦਾ ਨਾਮ ਹੈਗਾ ਸੰਦੀਪ ਉਹਦੇ ਵਿੱਚ ਕਿਸੇ ਵਿੱਚ ਤਾਂ ਪਾਰਖਿਆ ਡਬਲ ਈਪੀ ਪਾਰਖਿਆ ਕਿਸੇ ਵਿੱਚ ਹੁੰਦਾ ਡੀ ਆਈਪੀ ਹੁੰਦਾ ਠੀਕ ਹੈ ਸੋ ਇਹ ਚੀਜ਼ ਦਾ ਖਾਸ ਧਿਆਨ ਰੱਖੋ ਜੇ ਤੁਹਾਡੇ ਡਾਕੂਮੈਂਟਾਂ ਵਿੱਚ ਦਿੱਕਤ ਹੈ ਮਤਲਬ ਨਾਮ ਦੇ ਸਪੈਲਿੰਗ ਜਾਂ ਨਾਮ ਵੱਖਰਾ ਤਾਂ ਤੁਸੀਂ ਹੁਣੇ ਸੈੱਟ ਕਰਵਾ ਸਕਦੇ ਹੋ ਤੁਹਾਡੇ ਕੋਲ ਟਾਈਮ ਹੈਗਾ ਕਿਉਂਕਿ ਫਿਰ ਤਾਂ ਇਹਨਾਂ ਨੇ ਜਦੋਂ ਵੈਰੀਫਿਕੇਸ਼ਨ ਹੋਣ ਲੱਗ ਗਈ ਫਿਰ ਇਹਨਾਂ ਨੇ ਤੁਹਾਡਾ ਇੱਕ ਅੱਖਰ ਵੀ ਨਹੀਂ ਉਹ ਚੱਲਣ ਦੇਣਾ ਹੈਗਾ ਇੱਕ ਅੱਖਰ ਦਾ ਵੀ ਜੇ ਤੁਹਾਡਾ ਚੱਕਰ ਪੈ ਗਿਆ ਤੁਹਾਨੂੰ ਕੱਢ ਕੇ ਬਾਹਰ ਮਾਰਨਗੇ ਠੀਕ ਹੈ ਸੋ ਇੰਨੀ ਕੁ ਵੀ ਇਹ ਮਤਲਬ ਗੁੰਜਾਇਸ਼ ਨਹੀਂ ਰਹਿਣ ਦਿੰਦੇ ਹੁੰਦੇ ਹੈਗੇ ਸੋ ਸਭ ਤੋਂ ਪਹਿਲਾਂ ਤੁਹਾਡੇ ਲਈ ਵਹੀ ਮੌਕਾ ਕਿ ਆਪਣੇ ਡਾਕੂਮੈਂਟ ਦਰੁਸਤ ਕਰਵਾ ਲਓ ਠੀਕ ਹੈ ਵੈਸੇ ਤੇ ਇਹ ਗੱਲ ਯਾਰ ਤੁਹਾਨੂੰ ਪਹਿਲਾਂ ਕਰਨੀ ਚਾਹੀਦੀ ਹੁੰਦੀ ਹੈ ਫਾਰਮ ਫਾਰਮ ਭਰਨ ਵੇਲੇ ਹਨਾ ਵੀ ਸਾਡੇ ਡਾਕੂਮੈਂਟ ਦਰੁਸਤ ਨਹੀਂ ਹੈਗੇ ਅਸੀਂ ਪਹਿਲਾਂ ਇਹ ਕੰਮ ਕਰਵਾਈਏ ਕਿਉਂਕਿ ਉਸ ਤੋਂ ਬਾਅਦ ਤੁਸੀਂ ਉਹੀ ਅਪਲੋਡ ਕਰਤੇ ਹੋਣਗੇ ਫਿਰ ਦਿੱਕਤ ਪੈ ਜਾਂਦੀ ਹੁੰਦੀ ਹੈ ਬਾਅਦ ਚ ਠੀਕ ਹੈ ਫਿਰ ਬਾਅਦ ਚ ਤੁਸੀਂ ਹਲਫੀਆ ਬਿਆਨ ਤਿਆਰ ਕਰਵਾਉਂਦੇ ਫਿਰੋਗੇ ਐਫੀਡਵਟ ਵਗੈਰਾ ਠੀਕ ਹੈ ਸੋ 10ਵੀਂ ਦਾ ਹੋ ਗਿਆ ਤੁਹਾਡਾ 12ਵੀਂ ਦਾ ਹੋ ਗਿਆ ਤੇ ਆਧਾਰ ਕਾਰਡ ਹੋ ਗਿਆ ਤੁਹਾਡਾ ਬਾਕੀ ਹੋਰ ਕੋਈ ਵੀ ਪ੍ਰੂਫ ਤੁਹਾਡਾ ਜਿਹੜਾ ਤੁਹਾਡੇ ਕੋਲ ਹੈਗਾ ਤੁਹਾਡਾ ਆਈਡੈਂਟੀਟੀ ਕਾਰਡ ਜਿਵੇਂ ਆਧਾਰ ਕਾਰਡ ਹੋ ਗਿਆ ਜਾਂ ਪੈਨ ਕਾਰਡ ਵੋਟਰ ਕਾਰਡ ਜੋ ਵੀ ਤੁਹਾਡੇ ਕੋਲ ਪ੍ਰੂਫ ਵੈਲਿਡ ਪ੍ਰੂਫ ਹੁੰਦਾ ਠੀਕ ਹੈ ਇਹ ਹੋ ਗਈ ਬਾਕੀ ਜਿਹੜੇ ਬੱਚੇ ਕੈਟਾਗਰੀ ਤੋਂ ਨੇ ਜਿਵੇਂ ਐਸਸੀ ਹੋਗੇ ਬੀਸੀ ਤੇ ਆਪਣਾ ਐਸਟੀ ਬੱਚੇ ਤੇ ਈਡਬਲਯੂਐਸ ਵਾਲੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਕਾਸਟ ਦਾ ਸਰਟੀਫਿਕੇਟ ਆ ਉਹ ਬਹੁਤ ਜ਼ਰੂਰੀ ਹੈ ਠੀਕ ਹੈ ਉਹਨੂੰ ਦਰੁਸਤ ਕਰਵਾ ਲਓ ਜੇ ਕਿਸੇ ਦਾ ਨਹੀਂ ਹੈਗਾ ਮਤਲਬ ਕਿਸੇ ਨੇ ਬਣਨਾ ਤਾਂ ਹੋਇਆ ਸੀਗਾ ਰਸੀ ਦੇ ਨਾਲ ਲਾਈ ਸੀਗੀ ਤਾਂ ਉਹ ਆਪਣਾ ਅਪਡੇਟ ਕਰਵਾ ਲਓ ਠੀਕ ਹੈ ਤੇ ਇੱਕ ਹੋਰ ਬੱਚਿਆਂ ਨੂੰ ਕਨਫਿਊਜ਼ਨ ਹੁੰਦੀ ਹੈ ਕਿ ਸਾਰਾ ਜਿਹੜਾ ਕਾਸਟ ਸਰਟੀਫਿਕੇਟ ਅਪਡੇਟ ਹੁੰਦਾ ਕਿ ਨਹੀਂ ਹੁੰਦਾ ਪ੍ਰਾਵੋ ਕਾਸਟ ਦਾ ਸਰਟੀਫਿਕੇਟ ਸੇਮ ਰਹਿੰਦਾ ਹੁੰਦਾ ਬਸ ਇੱਕ ਗੱਲ ਹੁੰਦੀ ਹੈ ਜਿਹੜੇ ਇਕਨੋਮਿਕਲ ਵੀਕਰ ਸੈਕਸ਼ਨ ਵਾਲੇ ਹੁੰਦੇ ਨੇ ای ਡਬਲਯੂ ਐਸ ਵਾਲੇ ਉਹਨਾਂ ਦਾ ਹੁੰਦਾ ਵੀ ਸਾਲ ਬਾਅਦ ਅਪਡੇਟ ਹੋ ਜਾਂਦਾ ਜਾਂ 5 ਸਾਲ ਬਾਅਦ ਅਪਡੇਟ ਹੁੰਦਾ ਨਾ ਕਿਉਂਕਿ ਉਹਦੇ ਵਿੱਚ ਇਨਕਮ ਦਾ ਮੈਟਰ ਆ ਜਾਂਦਾ ਨਾ ਵੀ ਇਨਕਮ ਵਾਧੀ ਘਟਦੀ ਰਹਿੰਦੀ ਆ ਬੰਦਿਆਂ ਦੀ ਪਰ ਬੰਦੇ ਦੀ ਜਿਵੇਂ ਹੁਣ ਕਾਸਟ ਆ ਜਿਹੜੇ ਐਸਸੀ ਵਾਲੇ ਬੱਚੇ ਨੇ ਉਹ ਤਾਂ ਐਸਸੀ ਹੀ ਰਹਿਣਗੇ ਠੀਕ ਹੈ ਉਹ ਜਰਨਲ ਨਹੀਂ ਬਣ ਸਕਦੇ ਠੀਕ ਹੈ ਸੋ ਇਹ ਚੀਜ਼ ਦਾ ਖਾਸ ਜਿਹੜਾ ਤੁਸੀਂ ਧਿਆਨ ਰੱਖਣਾ ਬਾਕੀ ਜਰਨਲ ਵਾਲੇ ਬੱਚਿਆਂ ਨੂੰ ਕਾਸਟ ਸਰਟੀਫਿਕੇਟ ਦੀ ਕੋਈ ਲੋੜ ਨਹੀਂ ਹੈਗੀ ਠੀਕ ਹੈ ਉਹ ਆਪਣੇ ਬਾਕੀ ਡਾਕੂਮੈਂਟ ਜਿਹੜੇ ਨੇ ਸੈੱਟ ਕਰਵਾਉਣਾ ਤੇ ਜੇ ਕਿਸੇ ਹੋਰ ਵੀਰ ਭਰਾ ਦੀ ਜਿਵੇਂ ਹੁਣ ਕਈਆਂ ਦੀ ਸਰਟੀਫਿਕੇਟ ਵਿੱਚ ਦਿੱਕਤ ਆ ਜਾ ਕਈਆਂ ਦੀ ਪ੍ਰੋਬਲਮ ਆ ਗਈ ਫਾਰਮ ਭਰਨ ਵੇਲੇ ਜਾਂ ਨਾਮ ਗਲਤ ਗਲਤ ਹੋ ਗਿਆ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਗੱਲ ਕਹਿਣਾ ਕਿ ਵੀਰੇ ਆਪਦਾ ਯਾਰ ਧਿਆਨ ਰੱਖਿਆ ਕਰੋ ਫਾਰਮ ਧਿਆਨ ਨਾਲ ਭਰਿਆ ਭਰਿਆ ਕਰੋ ਠੀਕ ਹੈ ਹੁਣ ਇਹ ਹੋਇਆ ਲਾ ਲਓ ਬੱਚੇ ਹੁਣ ਐਡੀ ਗਲਤੀ ਹੋਊਗੀ ਇਹ ਤੁਹਾਡੀ ਗਲਤੀ ਐਂਡ ਤੱਕ ਜਾਊਗੀ ਹੁਣ ਠੀਕ ਹੈ ਹੁਣ ਤੱਕ ਸਾਰਾ ਪ੍ਰੋਸੈਸ ਨਹੀਂ ਹੁੰਦੀ ਵੈਰੀਫਿਕੇਸ਼ਨ ਨਹੀਂ ਹੁੰਦੀ ਉਹ ਤੱਕ ਤੁਹਾਡੀ ਗਲਤੀ ਨਾਲ ਚੱਲੀ ਜਾਊਗੀ ਸੋ ਇਹ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ ਚਲੋ ਹੁਣ ਗਲਤੀ ਹੋਊਗੀ ਤੁਹਾਡੇ ਤੋਂ ਜਿਹੜੇ ਬੱਚਿਆਂ ਤੋਂ ਉਹ ਕੀ ਕਰਨਾ ਆਪਣਾ ਐਫੀਡੇਵਿਟ ਤਿਆਰ ਕਰਾ ਲੈਣਾ ਐਪਲੀਕੇਸ਼ਨ ਫਾਰਮ ਪ੍ਰਿੰਟ ਕਰਕੇ ਉਹ ਤਿਆਰ ਕਰਵਾ ਲੈਣਾ ਠੀਕ ਹੈ ਕਚੈਰੀਆਂ ਚ ਤਹਿਸੀਲ ਚ ਤਹਿਸੀਲਦਾਰ ਕਰ ਦਿੰਦਾ ਹ ਕੈਫੀਡਿਟੀ ਜੇ ਤਿਆਰ ਹੁੰਦਾ ਹੁੰਦਾ ਉਹਦੇ ਵਿੱਚ ਲਿਖ ਕੇ ਦੇ ਜਿੰਦਾ ਹੁੰਦਾ ਵੀ ਗਲਤੀ ਹੋ ਗਈ ਵੀ ਬੱਚਿਆਂ ਨੂੰ ਅੱਗੇ ਅਗਲੀ ਵਿੱਚ ਅਲਾਉ ਕੀਤਾ ਜਾਵੇ ਠੀਕ ਹੈ ਪ੍ਰੋਸੈਸ ਵਿੱਚ ਸ਼ਾਮਲ ਹੋਣ ਲਈ ਤੇ ਹੁਣ ਗੱਲ ਕਰਦੇ ਆਪਾਂ ਵੀ ਕਿ ਕਿੰਨੇ ਬੱਚਿਆਂ ਨੇ ਦਿੱਤਾ ਪੇਪਰ ਇਹ ਪੇਪਰ ਮਤਲਬ ਫਿਜ਼ੀਕਲ ਸੋ ਬੱਚਿਓ ਪੋਸਟਾਂ ਦੇਖ ਲਓ ਕਿੰਨੀਆਂ ਸੀਗੀਆਂ ਆਪਾਂ ਤੁਹਾਡੇ ਸਾਹਮਣੇ ਪੋਸਟਾਂ ਲੈ ਕੇ ਆ ਰਹੇ ਪਹਿਲਾਂ ਇਹ ਨੋਟੀਫਿਕੇਸ਼ਨ ਖੋਲ੍ਹਿਆ ਹੈ ਆਪਾਂ ਨੇ ਪੋਸਟਾਂ ਆਈਆਂ ਸੀ 815 ਪੋਸਟਾਂ ਸੀਗੀਆਂ ਬਾਕੀ 32 ਮੈਟਰਨ ਦੀਆਂ ਲਾ ਲਓ ਠੀਕ ਹੈ ਇਹਦੇ ਵਿੱਚੋਂ ਐ ਲਾ ਲੋ ਵੀ ਤਕਰੀਬਨ 6000 ਬੱਚਾ 6000 6500 ਬੱਚਾ ਬੁਲਾਇਆ ਹੋਊਗਾ ਇਹਨਾਂ ਨੇ ਜਿਨ੍ਹਾਂ ਦਾ ਫਿਜ਼ੀਕਲ ਹੋਇਆ ਸੀਗਾ ਠੀਕ ਆ ਤਾਂ ਉਹ ਫਿਜ਼ੀਕਲ ਦੇ ਵਿੱਚੋਂ ਐ ਲਾ ਲੋ ਕਿੰਨੇ ਦਿਨ ਫਿਜ਼ੀਕਲ ਚੱਲਿਆ ਹੋ 9 ਤੋਂ ਲੈ ਕੇ 14 ਤੱਕ ਚੱਲਿਆ ਇਹ ਦਿਨਾਂ ਦੇ ਵਿੱਚ ਬਹੁਤ ਘੱਟ ਬੱਚੇ ਨੇ ਕਲੀਅਰ ਕੀਤਾ ਇਹ ਫਿਜ਼ੀਕਲ ਜਿਵੇਂ ਹੁਣ ਕਈ ਥਾਵਾਂ 'ਤੇ ਤਾਂ 20-20 ਦੇ ਗਰੁੱਪ ਬਣਿਆ ਸੀਗਾ ਕਈ ਥਾਵਾਂ 'ਤੇ 40-40 ਦੇ ਗਰੁੱਪ ਬਣਿਆ ਸੀ ਹੁਣ ਜੇ ਆਪਾਂ ਐਵਰੇਜ ਕੱਢ ਕੇ ਦੇਖੀਏ ਜਿਵੇਂ ਹੁਣ 20 ਬੱਚਿਆਂ ਵਿੱਚੋਂ ਕਈ ਥਾਂ 'ਤੇ ਤਾਂ 5 ਨੇ ਪਾਸ ਕੀਤਾ ਕਈ ਥਾਂ 'ਤੇ ਬੰਦੇ ਵਧੀਆ ਸੀ ਸਪੋਰਟਸ ਵਾਲੇ ਕਈ ਥਾਂ 'ਮਨੇ 10 ਨੇ ਕੀਤਾ ਠੀਕ ਹੈ ਮਤਲਬ ਐਵਰੇਜ ਬਹੁਤ ਘੱਟ ਆਈ ਹੈ ਮੰਨ ਕੇ ਚੱਲੋ ਵੀ ਸਾਰੇ ਬੱਚਿਆਂ ਦਾ 40% ਆ ਜਿਹੜਾ ਉਹ ਬੱਚਿਆਂ ਨੇ ਫਿਜ਼ੀਕਲ ਪਾਸ ਕੀਤਾ ਜੇ ਆਪਾਂ 6000 6000 ਬੱਚਾ ਮੰਨ ਕੇ ਚੱਲੀਏ ਤਾਂ ਉਹਦਾ 40000 ਉਹਦਾ 40% ਦੇਖ ਲਓ ਦੋਸਤੋ ਕਿੰਨਾ ਹੋ ਗਿਆ ਉਹਦਾ ਠੀਕ ਹੈ ਤੁਸੀਂ ਕੱਢ ਕੇ ਦੇਖ ਸਕਦੇ ਹੋ 40% 40% ਬੱਚਿਆਂ ਨੇ ਜਿਹੜਾ ਫਿਜ਼ੀਕਲ ਕਲੀਅਰ ਕੀਤਾ ਤੇ ਹੁਣ ਅਗਲੀ ਪ੍ਰੋਸੈਸ ਹੋਣੀ ਹੈ ਡਾਕੂਮੈਂਟ ਵੈਰੀਫਿਕੇਸ਼ਨ ਜਿਹੜੀ ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈ ਠੀਕ ਹੈ ਆਪਣੇ ਡਾਕੂਮੈਂਟ ਦੋਸਤੋ ਦਰੁਸਤ ਕਰਵਾ ਲਓ ਮੈਂ ਵਾਰ-ਵਾਰ ਕਹਿਣਾ ਹੁਣ ਤੁਹਾਨੂੰ ਕਿਉਂਕਿ ਫਿਰ ਐਵੇਂ ਹੁੰਦਾ ਨਾ ਇਹ ਕੱਢ ਕੇ ਮਾਰਦੇ ਨੇ ਯਾਰ ਮੜੀ ਗਲਤੀ ਕਰਕੇ ਫਿਰ ਮੈਨੂੰ ਬੁਰਾ ਲੱਗਦਾ ਜਦੋਂ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਬੱਚੇ ਉਹਨਾਂ ਦਾ ਉਹਦੇ ਨਾਲ ਐਵੇਂ ਹੋ ਜੇ ਠੀਕ ਹੈ ਮੈਨੂੰ ਸਭ ਤੋਂ ਵੱਧ ਦੁੱਖ ਲੱਗੂਗਾ ਸੋ ਦੋਸਤੋ ਆਪੋ ਆਪਣੇ ਡਾਕੂਮੈਂਟ ਦਰੁਸਤ ਕਰਵਾ ਲਓ ਜਿਨ੍ਹਾਂ ਦੇ ਅ ਤੇ ਇੱਕ ਗੱਲ ਹੋਰ ਜਿਹੜੇ ਜਿਹੜੇ ਬੱਚਿਆਂ ਦਾ ਆਧਾਰ ਕਾਰਡ ਅਪਡੇਟ ਨਹੀਂ ਹੈਗੇ ਮਤਲਬ ਲਿੰਕ ਨਹੀਂ ਹੁੰਦੇ ਵੈਸੇ ਤਾਂ ਇਹਨਾਂ ਨੇ ਮੰਗਿਆ ਨਹੀਂ ਹੈਗਾ ਕੋਈ ਚੱਕਰ ਨਹੀਂ ਪਰ ਅੱਗੇ ਇਨ ਫਿਊਚਰ ਬਹੁਤ ਵੱਡੀ ਦਿੱਕਤ ਆ ਸਕਦੀ ਹੈ ਆਪੋ ਆਪਣੇ ਆਧਾਰ ਕਾਰਡ ਲਿੰਕ ਕਰਵਾ ਲਓ ਅਪਡੇਟ ਕਰਵਾ ਲਓ ਠੀਕ ਹੈ ਮਤਲਬ ਕਿ ਮੋਬਾਈਲ ਨੰਬਰ ਨਾਲ ਲਿੰਕ ਕਿਉਂਕਿ ਅੱਗੇ ਤੁਹਾਨੂੰ ਬਹੁਤ ਜ਼ਿਆਦਾ ਜਿਹੜੀ ਹੈ ਇਹਦੀ ਦੀ ਇਹਦੀ ਲੋਡ ਪੈਣੀ ਆ ਸੋ ਬਾਕੀ ਦੋਸਤੋ ਅੱਪਾ ਇਹਦੇ ਮੈਡੀਕਲ ਤੇ ਵੀ ਇੱਕ ਵੀਡੀਓ ਬਣਾ ਬਣਾਉਣ ਲੱਗੇ ਆ ਵੀਡੀਓ ਤਿਆਰ ਕਰਾਂਗੇ ਕਿ ਕਿਵੇਂ ਦਾ ਮੈਡੀਕਲ ਹੁੰਦਾ ਮੈਡੀਕਲ ਵਿੱਚ ਕੀ ਕੀ ਚੀਜ਼ਾਂ ਜ਼ਰੂਰੀਆਂ ਨੇ ਠੀਕ ਹੈ ਉਹਦੇ ਤੇ ਵੀਡੀਓ ਬਣ ਰਹੀ ਹੈ ਤਿਆਰ ਹੋ ਰਹੀ ਹੈ ਉਹ ਅਪਲੋਡ ਹੋਊਗੀ ਠੀਕ ਹੈ ਇਹੀ ਚੈਨਲ ਤੇ ਅਪਲੋਡ ਹੋਊਗੀ ਸੋ ਜਿਹੜੇ ਜਿਹੜੇ ਵੀਰਪਰਾ ਚੈਨਲ ਤੇ ਨਵੇਂ ਨੇ ਉਹਨਾਂ ਨੂੰ ਵੈਲਕਮ ਆ ਸਭ ਤੋਂ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡਾ ਆਪਣਾ ਚੈਨਲ ਆ ਇਸ ਚੈਨਲ ਤੇ ਮੈਂ ਜਾਣਕਾਰੀ ਲੈ ਕੇ ਆਉਣਾ 100% অথਨਟੀਕੇਟ ਹੁੰਦੀ ਹੈ ਜੀ ਠੀਕ ਹੈ ਸੋ ਦੋਸਤੋ ਮਿਲਾਂਗੇ ਅਗਲੀ ਵੀਡੀਓ ਵਿੱਚ ਅਗਲੇ ਅਪਡੇਟ ਵਿੱਚ ਤਤਕਲੀ ਦੋ ਜਾਸਤ ਧੰਨਵਾਦ ਜੀ